ਕੇਸ਼ ਕੁਮਾਰ ਦਾ ਕਤਲ ਹੋਇਆ ਸੀ 25 ਤਰੀਕ ਨੂੰ ਇਸੇ ਮਹੀਨੇ 48 ਘੰਟਿਆਂ ਦੇ ਵਿੱਚ ਅਨਰੈਵਲ ਕਰ ਦਿੱਤਾ ਅਤੇ ਅਕਿਊਜ਼ ਜਿਹੜਾ ਮੇਨ ਉਹਨੂੰ ਫੜ ਗਿਆ ਉਹਦਾ ਨਾਂ ਹੈ ਕਰਨ ਅਬਦੁੱਲਾ ਅਤੇ ਦੂਸਰਾ ਮਨੀ ਹੈ, ਮਨੀ ਇਜ਼ ਐਟ ਲਾਰਜ। ਕਰਨ ਦੇ ਕਹਿਣ ਦੇ ਉੱਤੇ ਹੀ ਇੱਕ ਉਹ ਦਸਾ ਇਹਦਾ ਤੋਂ ਰਿਕਵਰ ਕਰ ਲਿਆ ਵੈਪਨ ਆਫ ਅਫੈਂਸ ਅਲਾਂਗ ਵਿਦ ਦ ਸਕਿਊਰਟੀ ਜਿਹੜੀ ਇਹ ਵਿਕਟੋਂ ਤੋਂ ਖੋਹ ਕੇ ਲੈ ਕੇ ਗਿਆ ਸੀ। ਉਹ ਜਿਹੜੇ ਧਾਲੀਵਾਲ ਨਹਿਰ ਦੇ ਵਿੱਚ ਉਹ ਵੀ ਰਿਕਵਰ ਕਰ ਲਈ ਗਈ ਹੈ ਅਤੇ ਦੂਸਰਾ ਜਿਹੜਾ ਮਨੀ ਹੈ ਉਹ ਸਟਿਲ ਇਟ ਲਾਰਜ ਵਿਲ ਕੈਸ਼ਿੰਗ ਸੂਨ ਆਲਸੋ। ਇਟ ਹੈਜ਼ ਨੋ ਕਮਿਊਨਲ ਐਂਗਲ ਐਟ ਆਲ ਕੈਟੇਗੋਰੀਕਲੀ। ਇਟ ਵਾਜ ਏ ਪਿਓਰ ਕੇਸ ਆਫ ਸਨੈਚਿੰਗ ਬਾਈ ਦਾ ਲੋਕਲ ਯੂਥ। ਉਹਦੇ ਵਿੱਚ ਕਿਉਂਕਿ ਉਹਨਾਂ ਨੇ ਜਿਹੜਾ ਵਿਕਟਮ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਦਾ ਸੀ, ਇਸ ਕਰਕੇ ਉਹਨਾਂ ਨੇ ਉਹਨੂੰ ਮਾਰ ਦਿੱਤਾ। ਬੀਤੇ ਦਿਨੀ ਬਟਾਲਾ ਵਿਖੇ ਸ਼ਿਵ ਸੈਨਾ ਆਗੂ ਦੇ ਭਰਾ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕਰਦੇ ਹੋਏ 20 ਸਾਲ ਦੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਕਤਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਦੋ ਨੌਜਵਾਨਾਂ ਵੱਲੋਂ ਕੀਤਾ ਗਿਆ ਸੀ ਅਤੇ ਆਰੋਪੀ ਮ੍ਰਿਤਕ ਮੁਕੇਸ਼ ਕੋਲੋਂ 1.5 ਲੱਖ ਰੁਪਏ ਵਾਲਾ ਬੈਗ ਅਤੇ ਸਕੂਟਰੀ ਲੈ ਕੇ ਫਰਾਰ ਹੋ ਗਏ ਸਨ ਅਤੇ ਉਹਨਾਂ ਵੱਲੋਂ ਇੱਕ ਆਰੋਪੀ ਨੂੰ ਫੜ ਲਿਆ ਗਿਆ ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਜਿਹੜਾ ਮੁਕੇਸ਼ ਕੁਮਾਰ ਦਾ ਕਤਲ ਹੋਇਆ ਸੀ 25 ਤਰੀਕ ਨੂੰ ਇਸੇ ਮਹੀਨੇ, ਉਹਨੂੰ SSP ਬਟਾਲਾ ਉਪਿੰਦਰਜੀਤ, ਇਹਨਾਂ ਦੇ SP ਹੈੱਡਕੁਆਰਟਰ ਸਾਹਿਬ ਮਿਸਟਰ ਸਿੰਗਲਾ DSP ਅਤੇ ਪ੍ਰੇਮ ਕੁਮਾਰ DSP ਇਹਨਾਂ ਨੇ ਬੜੀ ਐਫਰਟ ਕਰਕੇ ਇਹਨੂੰ 48 ਘੰਟਿਆਂ ਦੇ ਵਿੱਚ ਅਨਰੈਵਲ ਕਰ ਦਿੱਤਾ ਅਤੇ ਅਕਿਊਜ਼ ਜਿਹੜਾ ਮੇਨ ਇਹਨੂੰ ਫੜ ਗਿਆ ਉਹਦਾ ਨਾਂ ਹੈ ਕਰਨ ਅਬਦੁੱਲਾ ਅਤੇ ਦੂਸਰਾ ਮਨੀ ਹੈ, ਮਨੀ ਇਜ਼ ਐਟ ਲਾਰਜ। ਕਰਨ ਦੇ ਕਹਿਣ ਦੇ ਉੱਤੇ ਹੀ ਇੱਕ ਉਹ ਦਸਾ ਇਹਦਾ ਤੋਂ ਰਿਕਵਰ ਕਰ ਲਿਆ ਵੈਪਨ ਆਫ ਅਫੈਂਸ ਅਲਾਂਗ ਵਿਦ ਦ ਸਕਿਊਰਟੀ ਜਿਹੜੀ ਇਹ ਵਿਕਟੋਂ ਤੋਂ ਖੋਹ ਕੇ ਲੈ ਕੇ ਗਿਆ ਸੀ। ਇਹਦੀ ਇੰਕਸ਼ਾਫ ਦੇ ਉੱਤੇ ਉਹ ਜਿਹੜੇ ਧਾਲੀਵਾਲ ਨਹਿਰ ਦੇ ਵਿੱਚ ਉਹ ਵੀ ਰਿਕਵਰ ਕਰ ਲਈ ਗਈ ਹੈ ਅਤੇ ਦੂਸਰਾ ਜਿਹੜਾ ਮਨੀ ਹੈ ਉਹ ਸਟਿਲ ਇਟ ਲਾਰਜ ਵਿਲ ਕੈਸ਼ਿੰਗ ਸੂਨ ਆਲਸੋ। ਇਟ ਹੈਜ਼ ਨੋ ਕਮਿਊਨਲ ਐਂਗਲ ਐਟ ਆਲ ਕੈਟੇਗੋਰੀਕਲੀ। ਇਟ ਵਾਜ ਏ ਪਿਓਰ ਕੇਸ ਆਫ ਸਨੈਚਿੰਗ ਬਾਈ ਦਾ ਲੋਕਲ ਯੂਥ। ਉਹਦੇ ਵਿੱਚ ਕਿਉਂਕਿ ਉਹਨਾਂ ਨੇ ਜਿਹੜਾ ਵਿਕਟਮ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਦਾ ਸੀ, ਇਸ ਕਰਕੇ ਉਹਨਾਂ ਨੇ ਉਹਨੂੰ ਮਾਰ ਦਿੱਤਾ। ਬਟਾਲਾ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕੀਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ